ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਪਣੇ ਯੂਟਿਊਬ ਚੈਨਲ ਦੇ ਵਿੱਚ। ਇੱਕ ਵਾਰ ਫਿਰ ਤੋਂ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ ਨਵੀਂ ਅਪਡੇਟ ਲੈ ਕੇ। ਸੋ ਬਣੇ ਰਹਿਣਾ ਇਸ ਵੀਡੀਓ ਦੇ ਐਂਡ ਤੱਕ ਜੀ। ਹਾਂਜੀ ਦੋਸਤੋ, ਗੱਲ ਕਰ ਲਈਏ ਕੇਂਦਰ ਦੇ ਵੱਲੋਂ ਆਪਣੇ ਕਰਮਚਾਰੀਆਂ ਨੂੰ ਡੀਏ ਦੇ ਵਿੱਚ ਵਾਧਾ ਕੀਤਾ ਗਿਆ ਹੈ ਔਰ ਇਸ ਦੇ ਨਾਲ ਹੀ ਬਹੁਤ ਸਾਰੇ ਭੱਤੇ ਨੇ ਜਿਨ੍ਹਾਂ ਦੇ ਵਿੱਚ ਵਾਧਾ ਜਿਹੜਾ ਹੈ ਉਹ ਕੀਤਾ ਗਿਆ ਹੈ। ਸੋ ਜਾਣਦੇ ਹਾਂ ਕਿ ਕੇਂਦਰ ਦੇ ਵੱਲੋਂ ਕਿਹੜੇ ਕਿਹੜੇ ਭੱਤਿਆਂ ਦੇ ਵਿੱਚ ਵਾਧਾ ਦਿੱਤਾ ਗਿਆ ਹੈ ਔਰ ਤਾਜ਼ਾ ਮੈਮੋਰੈਂਡਮ ਕਿਹੜੇ ਭੱਤਿਆਂ ਨੂੰ ਲੈ ਕੇ ਜਾਰੀ ਕੀਤਾ ਗਿਆ ਹੈ। ਦੋਸਤੋ ਇੱਥੇ ਦੱਸ ਦਈਏ ਕਿ 1 ਜਨਵਰੀ ਤੋਂ ਜਿਹੜਾ 4% ਡੀਏ ਦਾ ਵਾਧਾ ਕਰਕੇ ਕੇਂਦਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਸ ਨੂੰ ਡੀਏ ਦਾ ਵਾਧਾ ਦਿੱਤਾ ਗਿਆ ਹੈ। 50% ਡੀਏ ਜਿਹੜਾ ਹੈ ਕਰਮਚਾਰੀਆਂ ਦਾ ਹੁਣ ਹੋ ਗਿਆ ਹੈ ਔਰ 50% ਡੀਏ ਹੋਣ ਤੋਂ ਬਾਅਦ ਬਹੁਤ ਸਾਰੇ ਜਿਹੜੇ ਭੱਤੇ ਨੇ ਜਿਨ੍ਹਾਂ ਦੇ ਵਿੱਚ 25% ਤੱਕ ਦਾ ਵਾਧਾ ਕੀਤਾ ਗਿਆ ਹੈ, ਕੁਝ ਭੱਤਿਆਂ ਨੂੰ ਲੈ ਕੇ ਮੈਮੋਰੈਂਡਮ ਜਾਰੀ ਕਰ ਦਿੱਤਾ ਗਿਆ ਹੈ। ਔਰ ਸਭ ਤੋਂ ਪਹਿਲਾਂ ਭੱਤਿਆਂ ਦੀ ਗੱਲ ਕਰ ਲੈਂਦੇ ਹਾਂ ਕਿ ਤਾਂ ਜਿਹੜਾ ਕਿ ਚਾਈਲਡ ਐਜੂਕੇਸ਼ਨ ਅਲਾਉਂਸ ਦੇ ਵਿੱਚ ਵਾਧਾ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਮੈਮੋਰੈਂਡਮ ਜਾਰੀ ਕਰ ਦਿੱਤਾ ਗਿਆ ਹੈ। ਇਹ 2 ਬੱਚਿਆਂ ਤੱਕ ਮਿਲਣ ਯੋਗ ਹੈ ਔਰ ਵਿਲੰਗ ਜਿਹੜੇ ਬੱਚੇ ਨੇ ਹੋਣ ਦੀ ਜਿਹੜੀ ਸਥਿਤੀ ਦੇ ਵਿੱਚ ਇਸ ਨੂੰ ਦੁੱਗਣਾ ਜਿਹੜਾ ਦਿੱਤਾ ਜਾਂਦਾ ਹੈ ਅਤੇ ਇਸ ਦੇ ਇਸ ਵਕਤ ਦੀ ਜਿਹੜੀ ਹੈ ਅਦਾਇਗੀ ਹੈ ਪ੍ਰਤੀਮਾ ਹੈ 6750 ਰੁਪਏ ਦੀ ਦਰ ਦੇ ਨਾਲ ਕੀਤੀ ਜਾ ਰਹੀ ਹੈ। ਦੋਸਤੋ ਇਸ ਤੋਂ ਇਲਾਵਾ ਅਗਲੇ ਅਗਰ ਅਲਾਊਂਸ ਦੀ ਗੱਲ ਕਰ ਲਈਏ ਤਾਂ ਭੱਤਿਆਂ ਦੀ ਗੱਲ ਕਰੀਏ ਤਾਂ ਰਿਸਕ ਅਲਾਊਂਸ ਬਹੁਤ ਸਾਰੇ ਕਰਮਚਾਰੀਆਂ ਦੇ ਕੇਂਦਰ ਦੇ ਜੋ ਕਿ ਜਿਹੀ ਜਿਹੜੀ ਜੋਬ ਕਰਦੇ ਨੇ ਜਿੱਥੇ ਕਿ ਰਿਸਕ ਇਨਵੋਲਵ ਹੈ, ਸੋ ਉਸ ਜਗ੍ਹਾ 'ਤੇ ਜਿੰਨਾ ਕਰਮਚਾਰੀਆਂ ਨੂੰ ਰਿਸਕ ਅਲਾਊਂਸ ਮਿਲਦਾ ਹੈ ਉਸ ਦੇ ਵਿੱਚ ਵੀ ਜਿਹੜਾ ਹੈ 25% ਦਾ ਜਿਹੜਾ ਵਾਧਾ ਕੀਤਾ ਗਿਆ ਹੈ ਔਰ ਤਾਜ਼ਾ ਮੈਮੋਰੈਂਡਮ ਜਿਹੜਾ ਹੈ ਇਸ ਨੂੰ ਲੈ ਕੇ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਦੋਸਤੋ ਗੱਲ ਕਰ ਲਈਏ ਤਾਂ ਜਿਹੜਾ ਕਿ 90 ਡਿਊਟੀ ਅਲਾਊਂਸ ਨਾਈਟ ਡਿਊਟੀ ਅਲਾਊਂਸ ਨੂੰ ਲੈ ਕੇ ਵੀ ਮੈਮੋਰੈਂਡਮ ਜਾਰੀ ਕਰਕੇ ਇਸ ਦੇ ਵਿੱਚ ਵਾਧਾ ਜਿਹੜਾ ਕੀਤਾ ਗਿਆ ਹੈ ਔਰ ਜਿਨ੍ਹਾਂ ਕਰਮਚਾਰੀਆਂ ਦੀ ਨਾਈਟ ਡਿਊਟੀ ਹੈ ਯਾਨੀ ਕਿ ਰਾਤ ਦੇ 10 ਵਜੇ ਤੋਂ ਲੈ ਕੇ 6 ਵਜੇ ਤੱਕ ਹੈ, ਸੋ ਉਹਨਾਂ ਨੂੰ ਇਹ ਭੱਤਾ ਮਿਲਣ ਯੋਗ ਹੈ। ਤੋ ਇਸ ਤੋਂ ਅਲਾਊਂਸ ਦੇ ਵਿੱਚ ਵੀ ਵਾਧਾ ਕਰਕੇ ਜਿਹੜਾ ਉਹ ਮੈਮੋਰੈਂਡਮ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੋਸਤੋ ਓਵਰ ਟਾਈਮ ਭੱਤਾ ਅਤੇ ਚਾਈਲਡ ਕੇਅਰ ਭੱਤਾ ਜਿਹੜਾ ਹੈ ਉਸ ਦੇ ਵਿੱਚ ਵਾਧਾ ਕਰਕੇ ਮੈਮੋਰੈਂਡਮ ਜਾਰੀ ਹੈ, ਉਹ ਕੇਂਦਰ ਦੀ ਮੁਲਾਜ਼ਮਾਂ ਲਈ ਜਾਰੀ ਕੀਤਾ ਗਿਆ ਹੈ। ਹਾਂਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ। ਅਪਡੇਟ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਨਾ, ਸ਼ੇਅਰ ਕਰਨਾ। ਸਾਡੇ ਚੈਨਲ 'ਤੇ ਆ ਰਹੀ ਹੈ ਵੀਡੀਓ, ਵਧੀਆ ਲੱਗੇ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ ਜੀ।